जदीदियां आले मोहम्मद दी सुनाते लाना सलवात बाबा दे बुलंद पढ़ो अगर नाराज ना हो जे पिछले जरा मेरा थोड़ा जहा गाती हो थोड़ा जहा माहौल मुझे बन रही थी मैं आज आसन पीछा बांध रहे थे हाँ उठी को मैं उठी को उठी आया किया अच्छा भला हमने नबी करीम तो मेरे पास देखो एक सलवात पढ़ के मुफ्ती साहब को हो जाए इजाजत है नबी करीम गारे पहुंचे दरवाजे ते दावत ने जावत आने ये तो आधा के डिठो है कहीं नहीं मैं आपने पास में तो जो करना है किबला कुंडी है एक सलवार करो बाबा जो आधी सारे कोई कजू से लेकर नहीं उसकी सलवार पर उठा है तो जो है मेरे पास है नबी करीम हिजरत करके भाई जरगारी पहुंचे दरवाजे ते डावर ने जाला ताना जनाबे जिब्राइल परवाद करें तो या गार दे बूहे ते आया जब संतरी रसूल ने झिड़क दी बगैर इजाजत अंदर आना मना है थोड़ा थोड़ा बोले सो बगैर इजाजत अंदर आना मना है जनाबे जिब्राइल की परवाद रुकी आधे तू कौन है मेरे को रोकने वाला मैं सैयदुल मलक फरिश्तों का सरदार अली का शागिर्द हसनैन का दर्दी ये छोटा जहा डावर हो के मैं गुर कहते मैं जिब्राइल हूं पागल हो तेरा बार बार आकर मैं जिब्राइल हूं छोटा जहा डावर हो के मैं गुर कहते उसने डावर जिब्राइल दी अख चाक पाई ते देख के आदर मैं डावर ने अज खा लिख दे महबूब द चौकीदार पर जिंदगी हो गई मैं डावर नहीं या अली मैं डावर नहीं आज खालिक दे महबूब दा चौकीदार डावर रख दे मेरी मलका ते नहीं तक पौंदी ओ शान दिता है सरदार डावर रख दे जे जुर्रत ही भी आज त्रोल दिखा जे जुर्रत ही भी आज त्रोल दिखा मैं जा फौला दी तारा डावर रख दे तो फुतरे सवार को जल वैसे रसूल का पहरे बला सारी जिंदगी हो गई एक सलवात पढ़ो बाबा जी बोला वतन ते बह के बेवतना को रोण आवे दुआ मंगी करो मुफ्ती साहब केड़ी दुआ या दुआ मंगी करो इंशाल्लाह कोई धी उजर के पेके वतन ते ना आवे कोई धी उजर के पेके वतन ते ना आवे बार तकदीर आज वने दूजी दुआ ए मंगी करो इंशाल्लाह कैदर ना होवे हल्ला ओ शहर है जिथा असगर ते मासूमा दे नाम के रहते हैं
ਜਿਹੜਾ ਕਾਫਲਾ ਹਲਾ ਦੇ ਬਾਹਰੋਂ ਪਹੁੰਚੇ ਨਾ ਮੁਫਤੀ ਸਾਹਿਬ, ਸ਼ਿਮਰ ਕਵੀ ਨੇ ਐਲਾਨ ਕੀਤਾ ਹੈ, ਭੁੱਖਿਆ ਕੋ ਖਾਣਾ ਮਿਲ ਸੀ, ਤਸਿਆ ਕੋ ਪਾਣੀ ਮਿਲ ਸੀ, ਸ਼ਾਮੀ ਪੁੱਛਦੇ ਇੰਜ ਕੋਈ ਬੱਚਾ ਇਹ ਕੁੱਤਾ ਹੱਸ ਕੇ ਆ ਗਿਆ ਹੱਲਾ ਪਾ ਗਏ ਹੈ। ਬਾਈ ਜਾਨ ਲਫ਼ਜ਼ ਹੱਲਾ ਸੁਣਿਆ ਤਾਂ ਹਰ ਕਹੇ, ਜਿਵੇਂ ਹੁਸੈਨ ਦੀ ਜ਼ਖਮੀ ਕੰਨਾਂ ਦੀ ਧੀ ਸੁਣੇ ਹੀ ਨੇ ਕਹੇ ਨੇ ਸੁਣਿਆ। ਮਾਂ ਦੇ ਕੋਲ ਆ ਖੜੀ ਹੈ, ਅੰਮਾ ਇਹੋ ਮੇਰੇ ਨਾਨਕਿਆਂ ਦਾ ਸ਼ਹਿਰ ਹੈ, ਤੁਹਾਡੀ ਜ਼ਿੰਦਗੀ ਹੋਵੇ, ਇਹੋ ਮੇਰੇ ਨਾਨਕਿਆਂ ਦਾ ਸ਼ਹਿਰ। ਸੈਨ ਬੋਲੀ ਨਹੀਂ, ਦੂਜੇ ਪਾਸੇ ਰੁਖ ਮੋੜ ਰਹੇ ਸਾਹਮਣੇ ਆ ਖੜੀਏ, ਇਵੇਂ ਹਸਰਤ ਭਰੀ ਮਾਂ ਤੋਂ ਨਿਗਾਹ ਦੇਖ ਕੇ ਆ ਜੇ ਨਹਿਜਲ ਵੇਂਦੀ ਯਤੀਮ ਸਮਝੇ। ਹਾਂ ਮੇਰੀ ਧੀ ਤੇਰੇ ਨਾਨਕਿਆਂ ਦਾ ਸ਼ਹਿਰ ਹੈ। ਅੱਛਾ ਅੰਮਾ ਔਖਾ ਵਕਤ ਹੋਵੇ ਨਾ, ਬਸ ਸੱਜਣ ਯਾਦ ਆਉਂਦੇ, ਬੀਬੀ ਆਦੀ ਨਾਨਕੇ ਘਾਰੀ ਬਣ ਕੇ ਦੁਰਮੰਗ ਸੇ ਜਾਂ ਅੱਛਾ ਖਾਣਾ ਮੰਗ ਸੇ, ਜੇ ਲਵ ਸੁਣ ਕੇ ਰੋਂਦੇ ਹੋ ਅੱਛਾ ਖਾਣਾ ਮੰਗ ਸੇ ਜਾਂ ਦੁਰਮੰਗ ਸੇ। ਮਾਂ ਕੋ ਆਦੀ ਮੈਂ ਸੱਜਾ ਦੀ ਗੁਰਬਤ ਦੀ ਕਸਮ ਹੈ, ਮੈਂ ਆਪਣੇ ਵਾਸਤੇ ਕੁਛ ਨਾ ਮੰਗਦੀ, ਮੈਂ ਬਾਬੇ ਦੀਆਂ ਭੈਣਾਂ ਵਾਸਤੇ ਤ੍ਰੈ ਚਾਦਰਾਂ ਮੰਗਦਾ। ਬਲਾ ਬਲਾ ਮੇਰੀਆਂ ਫੁੱਫੀਆਂ ਵਾਲੀਆਂ ਪਰਦਾਦਾਰ ਇਹ ਬੇਗੈਰਤ ਲੋਕ ਹੈ, ਨਾਲੇ ਮਾਂ ਭਾਵੇਂ ਉਜੜ ਗਈ ਹੈ ਨਾ। ਹਾਂ ਤਾਂ ਹੁਸੈਨ ਦੀ ਧੀ ਮੈਂ ਦੁਆ ਮੰਗਦੀ ਹਾਂ, ਕਾਫਲਾ ਉਹੀ ਗਲੀ 'ਚ ਗੁਜ਼ਰ ਸੀ ਜਿਹੜੀ ਗਲੀ 'ਚ ਮੇਰੇ ਨਾਨਕਿਆਂ ਦਾ ਘਰ ਹੈ। ਮਾਸੂਮਾ ਆਦੀ ਮੈਂ ਹਰ ਕਦਮ 'ਤੇ ਰਹਿੰਦੀ ਹਾਂ ਮਾਂ ਦੇ ਪਾਸੇ, ਮੱਤਾ ਅੰਮਾ ਡਰ ਤੂੰ ਨਾ ਨੱਸੇ, ਜਿਹੜਾ ਨਾਮ ਵਰੀ 'ਚ ਰੋਂਦੇ ਉਹਦਾ ਤਾਂ ਦਮ ਨਹਾ, ਜਿਹੜਾ ਫਕਰ ਰੋਣ ਆਇਆ ਬੈਠੇ ਹੁਸੈਨ ਜਾਂ ਖੇੜੀ ਦੀ ਗੁਰਬਤ ਕੋ ਹਰ ਕਦਮ 'ਤੇ ਦੇਖਦੀ ਆਈ ਹਾਂ। ਕਾਫਲਾ ਗਲੀ ਦਾ ਮੋੜ ਮੁੜੇ, ਮਾਸੂਮ ਆਦੀ ਹੈ ਮੁਫਤੀ ਸਾਹਿਬ ਮੇਰੀ ਮਾਂ ਇੰਜ ਰੁਨੀ ਹੈ ਜਿਵੇਂ ਕਰਬਲਾ ਮੇਰੇ ਬਾਬੇ ਹੁਸੈਨ ਦੀ ਲਾਸ਼ 'ਤੇ ਰੁਨੀ ਹੈ। ਮੈਂ ਸਮਝਦੀ ਹਾਂ ਕਿ ਮੇਰੇ ਨਾਨਕਿਆਂ ਦਾ ਘਰ ਆ ਗਿਆ। ਮਾਂ ਦੇ ਕੋਲ ਆਖੜਿਆ, ਮਾਂ ਇਹਨਾਂ ਘਰਾਂ 'ਚ ਮੇਰਾ ਨਾਨਕਾ ਘਰ ਕਿਹੜਾ? ਸੈਨ ਇਸ਼ਾਰਾ ਕਰਕੇ ਆ ਕੇ ਸਾਹਮਣੇ ਜਿਹੜਾ ਵੱਡਾ ਦਰਵਾਜ਼ਾ ਨਾ, ਇਹੋ ਤੇਰੇ ਨਾਨਕਿਆਂ ਦੇ। ਤੁਰ ਪਈਏ, ਮੈਂ ਆਖਿਆ ਤੁਰ ਪਈਏ। ਕੌਣ? ਰੂਹ ਆਲੀਆ ਮਰੀਏ ਕਰਬਲਾ ਤਸਕੀਨ ਸ਼ਬੀਰ, ਤੁਰੀਏ ਤੇ ਹਾਲਤ ਕਿਹੜੀ ਹੈ? ਜਿੱਥੋਂ ਪੈਰ ਚਾਹੀਦੀ ਹੈ ਨਾ ਜ਼ਮੀਨ ਦਾ ਰੰਗ ਤਬਦੀਲ, ਹੱਲਾ ਪੀਆ ਛੋਟੀਆਂ ਛੋਟੀਆਂ ਬੱਚਾ ਮਾਸੂਮ ਦੇ ਨਾਲ ਤੁਰੀਏ, ਇੱਕ ਦੂਜੀ ਕੋ ਆ ਜਾਣ ਇਹਦੇ ਹਾਲਾਤ ਰਸੇਂਦੇ ਇਹਦੇ ਛੁੜਾਵਣ ਵਾਲਾ ਕੋਈ ਨਾ। ਭਲਾ ਹੋਵੇ ਭਲਾ ਹੋਵੇ ਤੁਹਾਡੀ ਜ਼ਿੰਦਗੀ ਹੋਵੇ। ਮਾਸੂਮ ਆ ਜੇ ਹਾਂ ਤਾਂ ਸਹੀ, ਬਾਦੂ ਕਟੀਜ ਗਏ ਹਨ, ਕਰਬਲਾ ਹੀ ਸੰਭ ਗਏ, ਨਾਨਕਿਆਂ ਦੇ ਬੰਦ ਦਰਵਾਜ਼ੇ ਦੇ ਬਾਹਰੋਂ ਜੰਨਤ ਦੇ ਮਾਲਕ ਦੀ ਧੀ ਪੈਰਾਂ ਦੇ ਬਾਹਰ ਆ ਕੇ ਮਿੱਟੀ 'ਤੇ ਬਹਿ ਗਈ ਹੈ ਅਤੇ ਰੋ ਰੋ ਕੇ ਆਦੀ ਬੈਠੀ ਹੈ ਇਹ ਮੇਰੇ ਨਾਨਕਿਆਂ ਦਾ ਘਰ ਹੈ। ਜਾਂ ਅੰਦਰੋਂ ਮਲਕਾ ਹੈ ਹਲਾ ਮਸਰਾ ਕੋਈ ਖੜੀ ਦਾਇਆ ਦੌੜ ਕੇ ਗਰੀਬ ਆਏ, ਮਲਕਾ ਹੈ ਹਲਾ ਪੁੱਤਰਾਂ ਦੀ ਸ਼ਹੀ ਹੈ ਜੋ ਛੱਡ ਪਈ ਹੈ ਅਜੇ ਜਲਦੀ ਦਰਵਾਜ਼ੇ ਤੋਂ ਹੋ ਜਾਏ ਮੁੱਦਤ ਦੇ ਬਾਅਦ ਮੈਨੂੰ ਧੀ ਰਬਾਬ ਦੀ ਖੁਸ਼ਬੂ ਹੋਈ ਆ ਗਈ, ਮਤਲਬ ਮੇਰੀ ਧੀ ਆ ਗਈ ਹੋਵੇ ਤੇ ਸ਼ਬੀਰ ਨਾਲ ਹੋਵੇ। ਭਲਾ ਹੋਵੇ ਭਲਾ ਭਲਾ ਬਾਅਦ ਮੁਕਾਵਾਂ ਬਾਈ ਚੌਦਾਂ ਦਾਇਆਂ ਦੌੜੀਏ ਦਰਵਾਜ਼ੇ ਤੇ ਦਰਵਾਜ਼ਾ ਖੋਲੇ ਇਹ ਜੋ ਜਿਹਾ ਬੰਦਾ ਰਿਠਾ ਚਾਰ ਸਾਲ ਦੀ ਕਹਿ ਦੇ ਜੈਨੇ
ਮੈਂ